ਲੁਧਿਆਣਾ ਦੇ ਹਲਕਾ ਪੱਛਮੀ ਚ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਲਗਾਏ ਗਏ ਕੈਂਪ ਵਿੱਚ ਜਿੱਥੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਰੱਖੀਆਂ ਤੇ ਉੱਥੇ ਹੀ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਨੇ ਜਿਸ ਦੇ ਵਿੱਚ ਉਹਨਾਂ ਦੇ ਹੱਲ ਕੀਤੇ ਗਏ ਨੇ। ਹਾਲਾਂਕਿ ਕਈ ਲੋਕਾਂ ਵੱਲੋਂ ਹੱਲ ਨਾ ਹੋਣ ਦੀ ਵੀ ਗੱਲ ਕਹੀ ਗਈ ਤਾਂ ਵਿਧਾਇਕ ਗੋਗੀ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਸੇਵਾ ਲਈ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸੀਆਂ ਵੱਲੋਂ ਚੁੱਕੇ ਸਵਾਲ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਉਹ ਕਿਹੜਾ ਜਨਤਾ ਦੇ ਠੇਕੇਦਾਰ ਨੇ ਜੋ ਉਹਨਾਂ ਨੂੰ ਸਵਾਲ ਕਰ ਰਹੇ ਨੇ। ਵਿਧਾਇਕ ਗੁਰਪ੍ਰੀਤ ਗੋਗੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਜਿੱਥੇ ਲੱਗੇ ਕੈਂਪ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਸਰਕਾਰ ਲੋਕਾਂ ਦੇ ਨਾਲ ਹੈ ਅਤੇ ਉਹਨਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਲਿਹਾਜ਼ਾ ਕਾਂਗਰਸੀਆਂ ਵੱਲੋਂ ਬੀਤੇ ਕੱਲ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਰਕਾਰ ਤੇ ਚੁੱਕੇ ਸਵਾਲਾਂ ਨੂੰ ਲੈ ਕੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਉਹ ਕਿਹੜੇ ਜਨਤਾ ਦੇ ਠੇਕੇਦਾਰ ਨੇ ਜੋ ਸਵਾਲ ਕਰਦੇ ਨੇ। ਉਹਨਾਂ ਨੇ ਅੱਗੇ ਕਿਹਾ ਕਿ ਲੋਕਾਂ ਦੇ ਨਕਾਰੇ ਹੋਏ ਉਹਨਾਂ ਨੂੰ ਸਵਾਲ ਨਾ ਕਰਨ। ਇਸ ਤੋਂ ਇਲਾਵਾ ਉਹਨਾਂ ਨੇ ਜ਼ਿਕਰ ਵੀ ਕੀਤਾ ਕਿ ਸਰਕਾਰ ਜਲਦੀ ਨਗਰ ਨਿਗਮ ਚੋਣਾਂ ਨੂੰ ਕਰਵਾਏਗੀ ਅਤੇ ਇਸ ਤੋਂ ਇਲਾਵਾ ਮੀਟਰ ਦੀ NOC ਨੂੰ ਲੈ ਕੇ ਵੀ ਉਹਨਾਂ ਨੇ ਹਾਈ ਕੋਰਟ ਦਾ ਹਵਾਲਾ ਦਿੱਤਾ। ਕੈਂਪ ਲਗਾਇਆ ਗਿਆ ਸਰਕਾਰ ਆਪਕੇ ਦੁਆਰ, ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ, ਕਿਸ ਤਰ੍ਹਾਂ ਦੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ, ਕਿੰਨੀਆਂ ਕੁ ਜਿਹੜੀਆਂ ਨੇ ਹੱਲ ਕੀਤੀਆਂ ਗਈਆਂ, ਇਹ ਤਾਂ ਤੁਸੀਂ ਆਪ ਹੀ ਦੇਖ ਰਹੇ ਹੋ, ਮੈਨੂੰ ਦੱਸਣ ਦੀ ਲੋੜ ਨਹੀਂ। ਲੋਕ ਦੇਖੋ ਜਿਹੜੇ ਐਡੀ ਗਰਮੀ 'ਚ ਆਉਂਦੇ ਆ ਔਰ ਇੱਥੋਂ ਹੱਸਦੇ ਹੱਸਦੇ ਜਾਂਦੇ ਆ ਅਤੇ ਕੰਮ ਹੁੰਦੇ ਆ, ਇੱਥੇ ਨੀਅਤ ਦਾ ਨਾਲ ਕੰਮ ਕਰੀਦੇ ਆ, ਨਾ ਸਾਡੀ ਨੀਅਤ 'ਚ ਫਰਕ ਆ, ਨਾ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਨੀਅਤ 'ਚ ਫਰਕ ਆ, ਨਾ ਮਾਨਸਾ ਦੀ ਨੀਅਤ 'ਚ ਫਰਕ ਆ, ਨਾ ਸਾਡੇ MLA ਮਨਿਸਟਰਾਂ 'ਚ ਫਰਕ ਆ। ਹਰ ਹਲਕੇ ਦੇ MLA ਸਾਹਿਬਾਨ, ਭਾਵੇਂ ਮੰਤਰੀ ਸਾਹਿਬਾਨ ਨੇ, ਭਾਵੇਂ ਮੁੱਖ ਮੰਤਰੀ ਸਾਹਿਬਾਨ ਨੇ, ਭਾਵੇਂ ਅਸੀਂ ਹੈਗੇ ਹਾਂ, ਸਾਡੇ ਵਲੰਟੀਅਰਸ ਨੇ, ਸਭ ਦਿਨ ਰਾਤ ਲੋਕਾਂ ਦੀ ਸੇਵਾ ਕਰਨ ਲੱਗੇ ਨੇ ਪੰਜਾਬ ਦੇ ਲੋਕਾਂ ਦੀ, ਕਿਉਂਕਿ ਉਹਨਾਂ ਨੇ ਬਦਲਾਅ ਵਾਸਤੇ ਸਰਕਾਰ ਬਣਾਈ ਸੀ ਅਤੇ ਉਸ ਬਦਲਾਅ ਨੂੰ ਕਾਇਮ ਰੱਖਣ ਵਾਸਤੇ, ਉਹਨਾਂ ਦੀਆਂ ਸਾਡੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਕਾਇਮ ਰੱਖਣ ਵਾਸਤੇ, ਉਹਨਾਂ ਦੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ ਅਸੀਂ ਦਿਨ ਰਾਤ ਪੱਬਾਂ ਭਾਰਾਂ ਔਰ ਖਿੜੇ ਮੱਥੇ ਪਬਲਿਕ ਸੰਗਤ, ਰੱਬ ਰੂਪੀ ਜਿਹੜੀ ਸੰਗਤ ਆ, ਸਾਨੂੰ ਪਰਮਾਤਮਾ ਨੇ ਵਾਹਿਗੁਰੂ ਨੇ ਮੌਕਾ ਦਿੱਤਾ ਸੇਵਾ ਕਰਨ ਦਾ ਔਰ ਅਸੀਂ ਕਰ ਰਹੇ ਹਾਂ ਅਤੇ ਅੱਗੋਂ ਵੀ ਕਰਦੇ ਰਹਾਂਗੇ ਜਦ ਤੱਕ ਲੋਕ ਚਾਹੁੰਗੇ ਸਾਨੂੰ। ਕੁਝ ਸ਼ਿਕਾਇਤਾਂ ਲੋਕਾਂ ਦੀਆਂ ਆਈਆਂ ਨੇ, ਜਿਵੇਂ ਕਹਿੰਦੇ ਕਾਫੀ ਲੰਬਾ ਸਮਾਂ ਹੋ ਗਿਆ ਆ। ਦੇਖੋ ਮੇਰੀ ਗੱਲ, ਹੁਣ ਜਦੋਂ ਭੀੜ ਹੁੰਦੀ ਆ, ਠੀਕ ਆ, ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਨੇ 4 ਨੇ ਜਾਂ 5 ਨੇ, ਜੇ ਕੰਮ ਕਰਾਉਣ ਵਾਲੇ 50 ਨੇ ਤਾਂ ਵਾਰੀ ਵਾਰੀ ਤਾਂ ਸਭ ਦੀ ਵਾਰੀ ਆਏਗੀ ਨਾ। ਇਸ ਕਰਕੇ ਸਾਨੂੰ ਇਹ ਦੇਖਣਾ ਚਾਹੀਦਾ ਸਾਡੀ ਸੰਗਤ ਨੂੰ ਕਿ ਜੋ ਤੁਸੀਂ ਦਫ਼ਤਰਾਂ 'ਚ ਜਾਂਦੇ ਸੀ, ਜਿਹੜੇ ਬਾਊ ਉੱਥੇ ਮਿਲਦੇ ਨਹੀਂ ਸੀ ਤੁਹਾਨੂੰ ਔਰ ਤੁਹਾਡੀ ਜੇਬ ਵੱਲ ਦੇਖਦੇ ਸੀ, ਅਸੀਂ ਬੈਠੇ ਇੱਥੇ ਡਾਂਗ ਫੜ ਕੇ, ਕਿਸੇ ਦੀ ਜੇਬ ਵੱਲ ਚੱਕਣ ਦੀ ਕਿਸੇ ਨੂੰ ਹਿੰਮਤ ਨਹੀਂ। ਲੋਕਾਂ 'ਚ ਵੀ ਵੱਡਾ ਉਤਸਾਹ ਦੇਖਣ ਨੂੰ ਉਤਸਾਹ ਆ, ਇਸ ਲਈ ਉਤਸਾਹ ਆ ਕਿ ਇੱਥੇ ਨਿਸ਼ਕਾਮ ਬਿਨਾਂ ਲਾਲਚ ਤੋਂ ਲੋਕਾਂ ਦੀਆਂ ਜੇਬਾਂ ਨੂੰ ਜਿੱਪਾਂ ਲਵਾਤੀਆਂ ਤਾਂ ਕਿ ਉਹ ਆਪਣੇ ਪਰਿਵਾਰ ਚਲਾਉਣ, ਅਤੇ ਇਸ ਕਰਕੇ ਇਹ ਜੋ ਸਰਕਾਰ ਦੇ ਕੰਮ ਆ ਉਹ ਸਾਡੀ ਜ਼ਿੰਮੇਵਾਰੀ ਲਾਈ ਆ, ਅਸੀਂ ਆਪਣੀ ਇਮਾਨਦਾਰੀ ਦੇ ਨਾਲ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਾਰੇ ਵਾੜਾ 'ਚ ਲਗਾਇਆ ਜਾ ਰਿਹਾ ਹੈਗਾ? ਬਿਲਕੁਲ ਲੱਗੇਗਾ, ਕਿਉਂ ਨਹੀਂ, ਪਹਿਲਾਂ ਵੀ ਲੱਗੇ ਆ, ਆਹ ਦੁਬਾਰਾ ਤੋਂ ਰਿਵਾਈਵ ਹੋਇਆ ਸੈਕਿੰਡ, ਮੇਰੀ ਤਾਂ ਆਰਡਰ ਆ ਆਪਕੇ ਦੁਆਰ ਸੈਕਿੰਡ ਕਿ ਥਰਡ ਥਰਡ ਦਾ ਜਿਹੜਾ ਚੱਕਰ ਸੀ ਛੱਤ ਜਿਹੜੀ ਹੈ ਉਹ ਪਹਿਲਾਂ ਕਰਦੀ ਸੀ ਹਟਾਤੀ ਸੀ, ਉਹ ਹਾਲੇ ਤੱਕ ਲੋਕਾਂ ਦੇ ਮੀਟਰ ਨਹੀਂ। ਉਹ ਨਹੀਂ ਸੁਣੋ, ਉਹ ਨਾ ਮਾਨਯੋਗ ਹਾਈ ਕੋਰਟ ਦਾ ਇੱਕ ਵਿੱਚ ਫੈਸਲਾ ਹੈਗਾ ਜਿਹਦੇ ਕਰਕੇ ਸਰਕਾਰ ਚਾਹੁੰਦੀ ਆ ਕਰਨਾ, ਸਰਕਾਰ ਵੱਲੋਂ ਮਾਨਸਾ ਵੱਲੋਂ ਤਾਂ ਪਹਿਲੇ ਇੱਕ ਅਨਾਊਂਸ ਕੀਤਾ, ਪਰ ਜਿੱਥੇ ਕੋਰਟਾਂ ਦਾ ਮਸਲਾ ਆ ਜਾਵੇ, ਜਿੱਥੇ ਮਾਨਯੋਗ ਹਾਈ ਕੋਰਟ ਨੇ ਇੱਕ ਕੋਈ ਰੋਕ ਲਗਾਈ ਹੋਈ ਹੈਗੀ ਆ, ਜਿੰਨੀ ਦੇਰ ਤੱਕ ਉਹ ਨਹੀਂ ਰੁਕਦੀ, ਉਹ ਅਸੀਂ ਲੱਗੇ ਹੋਏ, ਸਾਡੇ ਐਡਵੋਕੇਟ ਜਨਰਲ ਸਾਹਿਬ, CM ਸਾਹਿਬ, ਅਸੀਂ ਸਾਰੇ ਲੱਗੇ ਹਾਂ ਵੀ ਮਾਨਯੋਗ ਹਾਈ ਕੋਰਟ ਨੂੰ ਅਸੀਂ ਬੇਨਤੀ ਲਾਈਏ ਕਿ ਕਿਸੇ ਤਰੀਕੇ ਨਾਲ ਇਹਨੂੰ ਜਲਦੀ ਤੋਂ ਜਲਦੀ ਹਟਾਇਆ ਜਾਵੇ ਤਾਂ ਕਿ ਲੋਕਾਂ ਨੂੰ ਜਿਹੜੀ NOC ਦੀ ਰਾਹਤ ਦਈਏ, ਲੋਕਾਂ ਦੇ ਘਰਾਂ 'ਚ ਮੀਟਰ ਲੱਗਣ। MLA ਸਾਹਿਬ, ਨਿਗਮ ਚੋਣਾਂ ਨੂੰ ਲੈ ਕੇ ਕੱਲ੍ਹ ਕਾਂਗਰਸੀਆਂ ਨੇ ਇੱਕ ਮੰਗ ਪੱਤਰ ਦਿੱਤਾ, ਉਹਨਾਂ ਨੇ ਸਵਾਲ ਚੁੱਕਿਆ ਹੈ ਕਿ ਦੁਰਵਰਤੋਂ ਜਿਹੜੀ ਆ ਹੋ ਰਹੀ ਹੈ, ਕਿਤੇ ਨਾ ਕਿਤੇ ਲੋਕ ਪਰੇਸ਼ਾਨ ਹੋ ਰਹੇ ਆ। ਕਿਹੜੀ ਦੁਰਵਰਤੋਂ ਕਿਹਦੀ ਹੋ ਰਹੀ ਹੈ?
ਸੈਨ ਤਾਂ ਮੈਂ ਵੀ ਕਰਦਾ ਪਿਆ ਆਪਣੇ, ਮੈਂ ਆਪਣੇ ਕਰੂੰਗਾ ਹੁਣ, ਮੈਂ ਉਹਨਾਂ ਵਿਰੋਧੀਆਂ ਥੋੜ੍ਹੀ ਕਰੂੰਗਾ। ਕਿਹੜੇ ਵਰਕਰ? ਉਹ ਆਪਣੇ ਸੈਨ ਕਰਦੇ ਨੇ, ਆਪਣਾ ਸੈਨ ਤਾਂ ਬੰਦਾ ਆਪ ਕਰ ਸਕਦਾ। ਕੌਂਸਲ ਦੀ ਬਿਲਕੁਲ ਗਲਤ ਗੱਲ ਆ ਇਹ, ਐਵੇਂ ਤੁਸੀਂ ਮੇਰੇ ਮੂੰਹ 'ਚ ਗੱਲ ਪਾ ਰਹੇ ਹੈਗੇ ਹੋ। ਉਹ ਉਹਨਾਂ ਕੋਈ ਮੁੱਦਾ ਨਹੀਂ, ਬੁਖਲਾ ਚੁੱਕੇ ਨੇ, ਘਬਰਾ ਚੁੱਕੇ ਨੇ, ਆਪਣਾ ਜ਼ਮੀਨੀ ਰਾਜਨੀਤੀ ਉਹ ਖੋ ਚੁੱਕੇ ਨੇ। ਇਸ ਕਰਕੇ ਜਿਹੜੇ ਸ਼ਰਾਰਤੀ ਅਨਸਰ ਮਤਲਬ ਇਹ ਗੱਲਾਂ ਕਰਦੇ ਨੇ, ਲੋਕਾਂ ਨੇ ਨਕਾਰੇ ਹੋਏ ਲੋਕ ਜਿਨ੍ਹਾਂ ਦੇ ਕੋਈ ਫਤਵਾ ਨਹੀਂ ਹੈ, ਕੋਈ ਰੁਤਬਾ ਨਹੀਂ ਹੈ, ਕੋਈ ਲੋਕਾਂ ਦੀ ਪਸੰਦ ਨਹੀਂ ਰਹੇ ਹੋ, ਅਤੇ ਅੱਜ ਉਹ ਉੱਠ ਕੇ ਛੱਜ ਤਾਂ ਬੋਲੇ, ਛੜਨੀ ਕੀ ਬੋਲੇ ਯਾਰ। ਕਿਹੜੇ ਖੱਜਲ ਖੁਆਰ ਆ? ਤੁਸੀਂ ਦੇਖੋ ਸਾਰੇ ਹੱਸਦੇ ਖੇਡਦੇ ਜਾ ਰਹੇ ਯਾਰ। ਉਹ ਕੌਣ ਹੁੰਦੇ ਨੇ ਕਹਿਣ ਵਾਲੇ? ਉਹ ਕੌਣ ਹੁੰਦੇ ਨੇ? ਉਹ ਕਿਹੜੇ ਠੇਕੇਦਾਰ ਨੇ? ਕਿਸ ਚੀਜ਼ ਦੇ ਠੇਕੇਦਾਰ ਨੇ? ਲੋਕਾਂ ਨੇ ਸਾਨੂੰ ਦਿੱਤਾ ਹੋਇਆ ਮੌਕਾ, ਸਾਨੂੰ ਪਤਾ ਸੀ ਆਪਣੇ ਪਬਲਿਕ ਨੂੰ, ਆਪਣੇ ਲੋਕਾਂ ਨੂੰ ਕਿੰਨਾ ਕੁ ਉਹਨਾਂ ਨੂੰ ਅਸੀਂ ਰਾਹਤ ਦੇਣੀ ਆ, ਕਿੰਨੇ ਉਹਨਾਂ ਦੇ ਕੰਮ ਕਰਨੇ। ਸਾਨੂੰ ਕਿਸੇ ਨੂੰ ਸਿਖਾਉਣ ਦੀ ਲੋੜ ਨਹੀਂ। ਨਿਗਮ ਚੋਣਾਂ ਸਰਕਾਰਾਂ ਦੇ ਫੈਸਲੇ ਨੇ, ਸਰਕਾਰ ਨਹੀਂ। ਮੈਂ ਇੱਕ MLA ਆ ਛੋਟਾ, ਠੀਕ ਹੈ, ਸਰਕਾਰ ਵੱਡੀ ਹੁੰਦੀ ਹੈ, ਇਸ ਦਾ ਇੱਕ ਉਹਦਾ ਪਾਰਟ ਆ। ਜੋ ਮਾਨਯੋਗ ਸਾਡੀ ਹਾਈਕਮਾਨ ਦਾ ਫੈਸਲਾ ਹੋਊਗਾ ਉਦੋਂ ਹੋ ਜਾਏਗਾ, ਕੋਈ ਗੱਲ ਨਹੀਂ। ਚੋਣਾਂ ਤਾਂ ਹੋਣੀਆਂ ਹੋਣੀਆਂ, ਰੋਕ ਥੋੜ੍ਹੀ ਸਕਦੇ। ਹਾਂਜੀ ਸਰ, ਸਰਕਾਰ ਤੁਹਾਡੇ ਦੁਆਰ ਇਹ ਵਾਰਡ ਨੰਬਰ 78 ਹੈ ਜੀ, ਪੁਰਾਣਾ, ਨਵਾਂ ਵਾਰਡ ਨੰਬਰ 64 ਹੈ ਜੀ, ਰਿਸ਼ੀ ਨਗਰ ਦਾ ਜੀ। ਅੱਜ ਦੁਆਰ ਪਹੁੰਚ ਗਈ ਹੈ ਲੋਕਾਂ ਦੇ ਘਰੇ, ਸਰਕਾਰ ਕਿੱਦਾਂ ਦੇ ਕੰਮ ਜਿਹੜੇ ਧਿਆਨ 'ਚ ਆਏ? ਤੁਸੀਂ ਦੇਖ ਹੀ ਰਹੇ ਹੋ ਜੀ, ਇਹ ਮਾਨ ਸਰਕਾਰ ਦੀ ਸ਼ੁਰੂਆਤ ਜਿਹੜੀ ਹੋਈ ਹੈ। ਲੋਕਾਂ ਨੂੰ ਪਰੇਸ਼ਾਨੀ ਆਉਂਦੀ ਸੀ ਵੱਖ ਵੱਖ ਦਫ਼ਤਰਾਂ ਦੇ ਵਿੱਚ ਜਾਣਾ, ਉੱਥੇ ਕਿਸੇ ਟਾਈਮ ਕੋਈ ਅਫਸਰ ਨਹੀਂ ਮਿਲਦਾ ਜਾਂ ਕੋਈ ਦਿੱਕਤ ਆਉਂਦੀ ਹੈ, ਉਹ ਫਿਰ ਦੁਬਾਰਾ ਉਹਨੂੰ ਓਡੀ ਦੂਰ ਹੀ ਜਾਣਾ ਪੈਂਦਾ ਸੀ। ਇਹ ਦੂਸਰੀ ਵਾਰ ਕੈਂਪ ਲੱਗਿਆ, ਪਹਿਲਾਂ ਵੀ ਇਹੀ ਲੱਗਿਆ ਸੀ। ਅੱਜ 42 ਮਹਿਕਮੇ ਆ ਜਿਹੜੇ ਉਹ ਇੱਥੇ ਆਏ ਨੇ, ਲੋਕਾਂ ਦਾ ਤੁਸੀਂ ਦੇਖ ਹੀ ਰਹੇ ਹੋ ਪੂਰਾ ਉਤਸ਼ਾਹ ਹੈ। ਚਾਹੇ ਇੰਨੀ ਗਰਮੀ ਹੈ ਉਹਦੇ ਬਾਵਜੂਦ ਵੀ ਜਿਨ੍ਹਾਂ ਦੇ ਜਿਹੜੇ ਜਿਹੜੇ ਕੰਮ ਹੋਣ ਵਾਲੇ ਆ, ਚਾਹੇ ਉਹ ਆਧਾਰ ਕਾਰਡ ਦੇ ਨੇ, ਚਾਹੇ ਪੈਨਸ਼ਨ ਦੇ ਨੇ, ਰਾਸ਼ਨ ਕਾਰਡ ਦੇ ਨੇ, ਬਿਜਲੀ ਮਹਿਕਮੇ ਦੇ ਨੇ, ਫੂਡ ਸਪਲਾਈ ਦੇ ਨੇ, ਉਹਦੇ ਆਯੁਰਵੈਦਿਕ ਔਰ ਉਹਦੇ ਹੋਮਿਓਪੈਥਿਕ ਦੇ ਜਿਹੜੇ ਆ ਉਹ ਕੈਂਪ ਅਲੱਗ ਲੱਗੇ, ਮਤਲਬ ਸਾਰੇ ਹੀ ਮਹਿਕਮੇ ਜਿਹੜੇ ਆ ਉਹ ਆਏ ਹੋਏ ਨੇ। ਸਕੂਲ ਐਡਮਿਸ਼ਨ ਦਾ ਤਾਂ ਕੋਈ ਨਹੀਂ ਹੁੰਦਾ ਸਰ ਮਹਿਕਮਾ। ਹਾਂਜੀ ਨਹੀਂ, ਉਹ ਸਰਕਾਰੀ ਸਕੂਲ ਦੇ ਵਿੱਚ, ਹਾਂਜੀ ਹਾਂਜੀ ਹਾਂਜੀ, ਉਹ ਸਰਕਾਰੀ ਸਕੂਲ ਵਾਲੇ ਉਹ ਜਿਹੜੇ ਉਹ BDPO ਦੇ ਜਿਹੜੇ ਵੀ ਉਹਨਾਂ ਮੁਸ਼ਕਲਾਂ ਹੱਲ ਕੀਤੀਆਂ ਜਾ ਰਹੀਆਂ ਨੇ ਸਮੇਂ ਨਾਲ ਦੀ ਨਾਲ। ਹਾਂਜੀ ਹਾਂਜੀ, ਤੁਹਾਡੇ ਸਾਹਮਣੇ ਹੈ ਜੀ, ਪੈਨਸ਼ਨਾਂ ਲੱਗ ਰਹੀਆਂ ਘੱਟੋ ਘੱਟ, ਆਧਾਰ ਕਾਰਡ ਦੇ ਜਿੰਨੇ ਵੀ ਫੋਰਮ ਸੀਗੇ ਉਹ ਵੀ ਹੋਏ, ਪੈਨਸ਼ਨਾਂ ਜਿਹੜੀਆਂ ਨਵੀਆਂ ਭਰਨੀਆਂ ਸੀ ਉਹ ਵੀ ਭਰੀਆਂ ਗਈਆਂ, ਜਿਹੜੀਆਂ ਪੁਰਾਣੀਆਂ ਪੈਂਡਿੰਗ ਸੀ ਉਹ ਰਿਲੀਜ਼ ਕਰਤੀਆਂ ਜੀ।